ਹਾਂਜੀ ਦੋਸਤੋ, ਤੁਹਾਡਾ ਸਵਾਗਤ ਹੈ YouTube ਚੈਨਲ ਤੇ। ਤੇ ਅੱਜ ਆਪਾਂ ਅੱਜ ਦੇ ਐਗਜ਼ਾਮ ਦਾ ਰਿਵਿਊ ਕਰਾਂਗੇ, ਦੇਖਾਂਗੇ ਐਗਜ਼ਾਮ ਦੇ ਵਿੱਚ ਕੀ ਕੀ ਆਇਆ ਹੋਇਆ ਸੀ। ਤੇ ਸਭ ਤੋਂ ਪਹਿਲਾਂ ਆਪਾਂ ਲਿਸਨਿੰਗ ਦੀ ਗੱਲ ਕਰਦੇ ਹਾਂ। ਲਿਸਨਿੰਗ ਦਾ ਪਾਰਟ 1 ਜਿਹੜਾ ਸੀ ਈਜ਼ੀ ਸੀਗਾ, ਪਾਰਟ 2 ਸੀ ਈਜ਼ੀ ਟੂ ਮੋਡਰੇਟ ਲੈਵਲ ਸੀ, ਇਸੇ ਤਰ੍ਹਾਂ ਪਾਰਟ 3 ਹੈ ਜਿਹੜਾ ਉਹ ਵੀ ਈਜ਼ੀ ਟੂ ਮੋਡਰੇਟ ਲੈਵਲ ਦਾ ਸੀਗਾ, ਪਾਰਟ 4 ਸੀ ਜਿਹੜਾ ਇਹ ਈਜ਼ੀ ਸੀਗਾ। ਅਤੇ ਓਵਰਆਲ ਈਜ਼ੀ ਟੂ ਮੋਡਰੇਟ ਲੈਵਲ ਦਾ ਦੀ ਲਿਸਨਿੰਗ ਆਈ ਹੋਈ ਸੀ। ਅਤੇ ਹੁਣ ਆਪਾਂ ਦੇਖਦੇ ਹਾਂ ਰੀਡਿੰਗ। ਰੀਡਿੰਗ ਦਾ ਜਿਹੜਾ ਪੈਸੇਜ 1 ਸੀਗਾ ਉਹ ਈਜ਼ੀ ਸੀਗਾ, ਪੈਸੇਜ 2 ਈਜ਼ੀ ਟੂ ਮੋਡਰੇਟ ਲੈਵਲ ਦਾ ਸੀਗਾ, ਪੈਸੇਜ 3 ਸੀ ਜਿਹੜਾ ਉਹ ਵੀ ਮੋਡਰੇਟ ਲੈਵਲ ਦਾ ਸੀ। ਇਸ ਤਰ੍ਹਾਂ ਇਹ ਜੋ ਓਵਰਆਲ ਸੀ ਜਿਹੜੀ ਰੀਡਿੰਗ ਈਜ਼ੀ ਟੂ ਮੋਡਰੇਟ ਲੈਵਲ ਦੀ ਸੀਗੀ। ਅਤੇ ਆਪਾਂ ਹੁਣ ਰਾਈਟਿੰਗ 'ਤੇ ਦੇਖਾਂਗੇ। ਰਾਈਟਿੰਗ ਦੇ ਵਿੱਚ ਜਿਹੜਾ ਟਾਸਕ 1 ਸੀਗਾ ਉਹ ਸੀਗਾ ਪ੍ਰੋਸੈਸ ਆਫ ਵੂਲ ਪ੍ਰੀਪਰੇਸ਼ਨ ਦੇ ਰਿਗਾਰਡਿੰਗ ਸੀਗਾ। ਟਾਸਕ 1 ਜਿਹੜਾ ਸੀਗਾ ਪ੍ਰੋਸੈਸ ਆਇਆ ਹੋਇਆ ਸੀਗਾ। ਅਤੇ ਟਾਸਕ 2 ਸੀ ਜਿਹੜਾ ਟੋਪਿਕ ਸੀਗਾ ਇਨ ਮੈਨੀ ਫੈਕਟਰੀਜ਼ ਮੋਟਿਵ ਪੀਪਲ ਇਨ ਦੀ ਵਰਕ ਪਲੇਸਿਸ ਫੋਰ ਮਨੀ, ਡੂ ਯੂ ਐਗਰੀ ਔਰ ਡਿਸਐਗਰੀ ਦੇ ਰਿਗਾਰਡਿੰਗ ਜਿਹੜਾ ਟੋਪਿਕ ਆਇਆ ਹੋਇਆ ਸੀਗਾ। ਅਤੇ ਜੇ ਚੈਨਲ 'ਤੇ ਨਵੇਂ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਥੈਂਕ ਯੂ ਫੋਰ ਵਾਚਿੰਗ।